ਹਾਂਜੀ ਦੋਸਤੋ, ਕੀ ਹਾਲ ਚਾਲ? ਠੀਕ ਠਾਕ ਹੋ? ਲਵੀ ਸਿੰਮੂ ਪੁੱਟਰ ਯੂਟਿਊਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਲਵੀ ਅੱਜ ਫੇਰ ਆਪਾਂ ਵਲੌਗ ਬਣਾਉਣ ਲੱਗੇ ਆ, ਤੇ ਵਲੌਗ ਅੱਜ ਦਾ ਹੈਗਾ ਬਸ ਵਿਹਲੇ ਤੁਰੇ ਫਿਰਦੇ ਸੀਗੇ, ਤੇ ਮੈਂ ਕਿਹਾ ਚੱਲ ਕਿਸੇ ਪਾਸੇ ਘੁੰਮ ਆਈਏ। ਮੈਂ ਨਹੀਂ ਕਿਹਾ, ਇਹਨਾਂ ਨੇ ਮੈਨੂੰ ਕਿਹਾ ਆਇਆ ਤੈਨੂੰ ਲੈ ਚੱਲੀਏ, ਤਾਂ ਕਰਕੇ ਹੁਣ ਚੱਲੇ ਆ ਮਾੜਾ ਜਿਹਾ। ਅੱਜ ਕਹਿੰਦੇ ਤਨਖਾਹ ਆਈ ਆ, ਭਾੜਾ ਭੂੜਾ ਲਿਜਾਣ ਦੀ ਸਲਾਹ ਆ, ਤੇ ਅੱਗੇ ਕਹਿੰਦੇ ਨਾਕਾ ਵੀ ਲੱਗਿਆ। ਸਤਿ ਸ੍ਰੀ ਅਕਾਲ ਜੀ, ਲਵੀ ਅੱਜ ਕਿਤੇ ਭਾੜਾ ਭੂੜਾ ਲਿਜਾਣ ਦਾ ਪਲਾਨ ਆ। ਬਾਕੀ ਨੇੜੇ ਹੀ ਆ, ਕੋਈ ਉੱਥੋਂ ਆਪਣੇ ਚੰਡੀਗੜ੍ਹ ਹੋਊਗਾ ਕੋਈ ਘੰਟੇ ਦੀ ਵਾਟ, ਘੰਟੇ ਦਾ ਸਫ਼ਰ ਆਪਾਂ ਤੈਅ ਕਰਕੇ ਤੁਹਾਨੂੰ ਅੱਗੇ ਅੱਗੇ ਦਿਖਾਉਂਦੇ ਹਾਂ, ਅਤੇ ਹਜੇ ਇੱਕ ਗੱਡੀ ਆਈ ਅੱਗੇ ਆ, ਉਹ ਤੁਹਾਨੂੰ ਬੁਲਾਉਂਦੇ ਹਾਂ। ਵਲੌਗ ਪਹਿਲਾਂ ਸ਼ੁਰੂ ਕਰਨਾ ਸੀਗਾ, ਵਿੱਚ ਸ਼ੁਰੂ ਕੀਤਾ ਕਿਉਂਕਿ ਜਲਦੀ ਬਹੁਤ ਸੀਗੀ, ਲੇਟ ਬਹੁਤ ਹੋ ਗਏ ਸੀਗੇ, ਤਾਂ ਕਰਕੇ ਘੜੀ ਵੀ ਕਿੰਨਾ ਟਾਈਮ ਦੁਪਹਿਰ ਦੇ ਵੱਜ ਗਏ ਆ ਜੀ, ਸ਼ਾਮ ਦੇ 6 ਵੱਜ ਗਏ ਨੇ, 15 ਮਿੰਟ ਹੋ ਗਏ, 6:15 ਹੋ ਗਏ, ਤਾਂ ਕਰਕੇ ਥੋੜ੍ਹਾ ਲੇਟ ਵਲੌਗ ਸ਼ੁਰੂ ਕੀਤਾ। ਮੈਂ ਕਿਹਾ ਚੱਲ ਗੱਡੀ 'ਚ ਸ਼ੁਰੂ ਕਰ ਲਾਂਗੇ, ਦੇਖਣਾ ਹੀ ਆ ਸੱਜਣਾ ਆਪਣਿਆਂ ਨੇ ਗੱਡੀ 'ਚ ਬਹਿ ਕੇ ਦੇਖ ਲੈਣਗੇ, ਸਾਨੂੰ ਕੋਈ ਚੱਕਰ ਹੀ ਨਹੀਂ। ਚਲੋ ਵੀ ਬਾਕੀ ਤੁਹਾਨੂੰ ਅੱਗੇ ਦੀ ਜਾਣਕਾਰੀ ਨਾਲ ਨਾਲ ਦਿੰਦੇ ਰਹਾਂਗੇ, ਉੱਥੇ ਕੀ ਕਰਦੇ ਆ ਕੀ ਨਹੀਂ ਕਰਦੇ, ਕਰਨਾ ਤਾਂ ਉੱਥੇ ਕੀ ਹੁੰਦੇ, ਗਰਮੀ 'ਚ ਮਰ ਕੇ ਆਏ ਨਾ, ਉੱਥੇ ਸੌਲੀ ਨਾ ਜਾਏ, ਡੰਡ ਡੁੰਡ ਨਹੀਂ ਹੁੰਦੀ ਉੱਥੇ, ਇਹ ਕਹਿੰਦਾ ਕੁਛ ਨਹੀਂ, ਆਪਣੇ ਭਰਾ ਆਏ ਆ ਸੱਜਣ, ਕੋਈ ਉਹਨਾਂ ਨੇ ਘੁੰਮੇ ਨਹੀਂ ਕਿਤੇ, ਪਹਾੜੀਆਂ ਤਾਂ ਨਹੀਂ, ਇਹਨਾਂ ਨੂੰ ਪਹਾੜ ਦਿਖਾਉਣ ਚੱਲਿਆ ਵੀ ਸਾਡੇ ਤੋਂ ਨੇੜੇ ਪਹਾੜੇ ਹੀ ਆ, ਪਹਾੜੀਆਂ ਵੇਖਣੀ ਟਾਈਮ ਘੱਟ ਸੀ, ਸੋਚਿਆ ਇੱਥੇ ਨੇੜੇ ਨੇੜੇ ਪਹਾੜੀਆਂ, ਨੇੜੇ ਵਾਲੀਆਂ ਹੀ ਦਿਖਾ ਦੇ, ਦੂਰ ਤਾਂ ਟਾਈਮ ਨਹੀਂ ਹੈਗਾ, ਤਾਂ ਕਰਕੇ ਨੇੜੇ ਵਾਲੀਆਂ ਪਹਾੜੀਆਂ ਹੀ ਦਿਖਾਉਣ ਆ ਗਏ ਹੁਣ। ਅਜੇ ਤੱਕ ਤਾਂ ਤੁਹਾਨੂੰ ਕੋਈ ਵੀ ਪਹਾੜੀ ਨਹੀਂ ਦੇਖਦੀ ਹੋਣੀ, ਆਪ ਅੱਗੇ ਜਾ ਕੇ ਕਿਸੇ ਟਾਈਮ ਤੇ ਆ ਰੋਡ, ਜਿੱਥੇ ਆ ਰੋਡ ਆ ਨਾ, ਆ ਰੋਡ ਤੇ ਵੀ ਪਹਾੜੀਆਂ ਸੀਗੀਆਂ, ਪਹਾੜ ਕੱਟ ਕੇ ਬਣਾਏ ਨੇ, ਉਹ ਜੇ ਤੁਹਾਨੂੰ ਮਾੜੀ ਮਾੜੀਆਂ ਦੇਖਦੀਆਂ ਹੋਣਗੀਆਂ ਤਾਂ ਫਿਰ ਸ਼ੇ ਡੈਮ ਕਿੱਥੇ ਉਹ ਸਾਹਮਣੇ ਬਣੇ ਹੋਏ, ਉਹ ਰਿਆ ਡੈਮ ਦੇਖ ਲਓ ਜੀ, ਦਿਖ ਗਿਆ ਮੈਨੂੰ ਵੀ ਨਹੀਂ ਦਿਖਿਆ, ਮੈਨੂੰ ਦਿਖ ਗਿਆ ਚੋਟੀ ਦੇ ਖੜਾਇਆ। ਚਲੋ ਜੀ, ਬਾਕੀ ਅੱਗੇ ਦੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ, ਅੱਗੇ ਜਾ ਕੇ ਤੁਹਾਨੂੰ ਬੰਦੇ ਮਿਲਾਉਂਦੇ ਹਾਂ, ਹੋਰ ਦੋ ਤਿੰਨ ਹੈਗੇ ਆ, ਚੜਾਈ ਸ਼ੁਰੂ ਹੋਣ ਲੱਗੀ ਹੁਣ, ਗੱਡੀ ਦਾ ਜ਼ੋਰ ਲੱਗਣਾ ਆ, 4x4 ਪੌੜਾ ਪੈਣਾ ਲੱਗਦਾ ਹੁਣ ਮੈਨੂੰ, ਚਲੋ ਫਿਰ ਪਹਿਲਾਂ ਤੇਲ ਪਵਾ ਲਈਏ, ਬਾਹਰ ਪੌੜ ਕੇ ਬਹੁਤ ਧੱਕਾ ਲਾਉਂਦੇ। ਚਲੋ ਜੀ, ਅਗਲੀ ਜਾਣਕਾਰੀ ਥੋੜ੍ਹੇ ਕੁ ਟਾਈਮ ਬਾਅਦ, ਓਕੇ ਠੀਕ ਹੈ। ਬਾਕੀ ਦੱਸਿਆ ਜੀ, ਕੈਜੀ ਲੱਗਦੀ ਸ਼ਰਟ ਆ ਭਾਈ, ਕਹਿੰਦੇ ਹਿਮਾਚਲ 'ਚ ਪ੍ਰਦੇਸ਼ 'ਚ ਐਂਟਰ ਕਰ ਗਏ ਆ, ਤੇ ਹਿਮਾਚਲ 'ਚ ਵੜਦੇ ਤੁਹਾਨੂੰ ਪਹਾੜੀਆਂ ਵੀ ਬਹੁਤ ਸਾਫ਼ ਦ੍ਰਿਸ਼ ਦੇਖ ਰਿਹਾ ਹੋਊਗਾ, ਉਹ ਚੋਟੀ 'ਤੇ ਜਾਣਾ, ਕਹਿੰਦੇ ਉਹ ਚੋਟੀ 'ਤੇ, ਉਹ ਚੋਟੀ 'ਤੇ ਜਾਣਾ ਆ, ਉੱਥੇ ਮਾਊਂਟ ਐਵਰੈਸਟ ਆ, ਗੱਡੀ ਲਾ ਦਿੰਦੇ ਫਿਰ ਟ੍ਰੈਕਿੰਗ ਕਰਕੇ ਚੱਲਦੇ ਯਾਰ। ਇਹ ਚੱਕਰ ਮੈਨੂੰ ਪਹਿਲਾਂ ਦੱਸੋ ਕੀ ਆ ਵੀ, ਸਾਰਿਆਂ ਨਾਲ ਇੱਦਾਂ ਹੁੰਦਾ ਹੈ ਕਿ ਨਹੀਂ ਹੁੰਦਾ? ਮੇਰੇ ਨਾਲ ਤਾਂ ਹੁੰਦਾ ਹੈ ਪਿਆ ਆ, ਵੀ ਜਦੋਂ ਪਹਾੜਾਂ 'ਤੇ ਆਉਂਦੇ ਆ ਕੰਨ ਹੀ ਆਪੇ ਬੰਦ ਹੋਣ ਲੱਗ ਜਾਂਦੇ ਆ, ਮੇਰੇ ਤਾਂ ਹੋ ਗਿਆ ਕੰਮ ਸ਼ੁਰੂ, ਮੇਰੇ ਤਾਂ ਕੰਨ ਹੀ ਹੋਣ ਲੱਗ ਗਏ ਬੰਦ। ਮੈਂ ਕਿ ਕਮੈਂਟ ਕਰਕੇ ਵੀ ਦੱਸੋ ਕਿਹਦੇ ਕਿਹਦੇ ਨਾਲ ਇਹ ਚੀਜ਼ ਹੁੰਦੀ ਆ, ਕਿਹਦੇ ਕਿਹਦੇ ਕੰਨ ਬੰਦ ਹੁੰਦੇ ਆ, ਬਾਕੀ ਕੋਈ ਤੁਹਾਡੇ 'ਚ ਉਲਟੀ ਵਾਲਾ ਤਾਂ ਨਹੀਂ ਦੱਸ ਦੋ, ਉਲਟੀ ਵਾਲਾ ਚੇਲਾ ਹੀ ਆ ਗੱਲਾਂ, ਪਹੁੰਚ ਗਏ ਆ ਕਹਿੰਦੇ ਅੱਧੇ ਰਾਸਤੇ 'ਚ, ਅੱਧੇ ਰਾਸਤੇ 'ਚ ਆ ਗਏ ਆ, ਤੇ ਇੱਥੇ ਆਪਾਂ ਨੂੰ ਆਪਣੇ ਪੁਰਾਣੇ ਮਿੱਤਰ ਮਿਲ ਗਏ ਨੇ, ਜਿਹੜੇ ਸਾਡੇ 'ਚ ਰਾਹ 'ਚ ਵਿਛੜ ਗਏ ਸੀਗੇ, ਰਾਹ 'ਚ ਵਿਛੜੇ ਹੋਏ ਸੱਜਣ ਆਪਾਂ ਨੂੰ ਇੱਥੇ ਆ ਕੇ ਮਿਲੇ ਨੇ। ਕੀ ਹਾਲ ਚਾਲ ਜੀ? ਕੀ ਹਾਲ ਚਾਲ ਜੀ? ਕੀ ਹਾਲ ਚਾਲ? ਕੀ ਹਾਲ? ਹੋਰ ਠੀਕ ਠਾਕ? ਬੜੀ ਮੈਚਿੰਗ ਕੀਤੀ ਆ ਭਰਾ, ਦੱਸਿਆ ਤਾਂ ਐ ਨੀ, ਬੂਟ ਨਵੇਂ ਪਾਏ ਨੇ, ਕਾਪੀ ਕਰਨ ਲੱਗ ਪਿਆ ਤੂੰ ਮੈਨੂੰ ਅੱਜ ਕੱਲ੍ਹ ਬਸ। ਮਾਰ ਝੂਠ ਕੋਈ ਇੱਕ ਦਾ ਤੇਰੇ ਸੁਣਾਵਾ, ਚਾਹ ਪੀਓਗੇ ਸਾਰੇ? ਮੈਗੀ ਤਿਆਰ ਆ ਜੀ, ਚਾਹ ਪੀਂਦਾ ਨੀ ਨਾ? ਨਹੀਂ ਮੈਂ ਤਾਂ ਪੀ ਲੈਣਾ, ਮੈਗੀ ਤਿਆਰ ਪਰ ਤਿਆਰ ਆ, ਸੁਣਾ ਝੂਠ ਖਾਣਾ ਖਾ ਲਈ ਮੈਂ ਹਜੇ ਵੀ ਖਾ ਲਾ ਖਾ ਤਾਂ ਲਈ ਮੈਂ
ਚੱਲ ਬਸ ਬੱਦਲਾਂ ਆ ਗਏ ਬੱਦਲ ਪਿੱਛੇ ਰਹਿ ਗਏ ਹਨੇਰਾ ਹੋ ਗਿਆ ਬੱਦਲ ਥੋੜੇ ਘੱਟ ਦੇਖਦੇ ਆ ਤੇ ਲਓ ਵੀ ਆਪਾਂ ਹੁਣ ਸ਼ਿਮਲੇ ਦੇ ਰਾਹ ਤੋਂ ਅੱਡ ਹੋ ਕੇ ਕਸੌਲੀ ਦੇ ਰਾਹ ਤੋਂ ਚੜ ਗਏ ਆ ਕਹਿੰਦੇ ਕਿੰਨਾ ਕਿਲੋਮੀਟਰ ਰਹਿ ਗਿਆ 8 ਕਿਲੋਮੀਟਰ ਕਹਿੰਦੇ ਕਸੌਲੀ ਰਹਿ ਗਿਆ ਤੇ ਕਹਿੰਦੇ ਰੋਡ ਵੀ ਜਮਾਂ ਸਿੱਧਾ ਹੀ ਆ ਤੇ ਤੇਲ ਆਪਾਂ ਪਵਾ ਲਿਆ ਸੀਗਾ ਬਹੁਤ ਔਖਾ ਹੋ ਗਿਆ ਤੇਲ ਪਵਾਇਆ ਪੰਪ ਹੀ ਨਹੀਂ ਆਇਆ ਰਾਹ ਚ ਕੋਈ ਉਹ ਤਾਂ ਦੱਸਣਾ ਭੁੱਲ ਗਿਆ ਸਾਨੂੰ ਵਿੱਚ ਨਾ ਥੋੜਾ ਰਹਿ ਗਿਆ ਸਿਸਟਮ ਕਸੌਲੀ ਆ ਤੇ ਜਾਮ ਬਹੁਤ ਜ਼ਿਆਦਾ ਲੱਗਿਆ ਹੋਣਾ ਤੇ ਇਸ ਲਈ ਅਸੀਂ ਸਮਝਦਾਰ ਰਹੇ ਤੇ ਜਿਹੜੇ ਪਹਿਲਾਂ ਰੁਕ ਗਏ ਆ ਆਹ ਬੰਦੇ ਆਦੇ ਵਾਪਸ ਆ ਗਏ ਕੀ ਗੱਲ ਭੀੜ ਬਹੁਤ ਜ਼ਿਆਦਾ ਕਰਕੇ ਨਾ ਉੱਤੇ ਮੈਂ ਅਸੀਂ ਤਾਂ ਹੀ ਪਹਿਲਾਂ ਪਿੱਛੇ ਰੋਕ ਗਏ ਅੱਗ ਲਾ ਦੋ ਅੱਗ ਸਿੱਕੀ ਬਰਫ ਪੈਣ ਦੇ ਕਾਰਨ ਸਾਰੀਆਂ ਗੱਡੀਆਂ ਵਾਪਸ ਮੁੜ ਜਾਂਦੀਆਂ ਨੇ ਤੇ ਇਹਨਾਂ ਦੇ ਗੱਡੀਆਂ ਦੇ ਟਾਇਰ ਬਰਫ ਵਾਲੇ ਨੀ ਹੈਗੇ ਹਨਾ ਫੀਸ ਭਰਾ 2.5 ਲੱਖ ਰੁਪਇਆ ਸਾਲ ਦੀ ਚੱਟੀ ਰਹੀ ਸਨਾਵਰ ਪੜਦੀ ਜੱਟ ਸਨਾਵਰ ਪੜਦਾ ਜੱਟ ਰਿਹਾ ਸਨਾਵਰ ਪੜਦਾ ਸਨਾਵਰ ਚ ਹੀ ਕਰ ਰਿਹਾ ਜਦੋਂ ਵਾਲਾ ਜੇ ਇੱਥੇ ਰਹਿ ਪੈਨੇ ਆ ਸਿਲੇਬਸ ਕਿਹੜਾ ਸੀਗਾ ਲੋਕਲ ਸਕੂਲਾਂ ਦੇ ਨਾਂ ਸਨਾਵਰ ਹੋ ਸਕਦਾ 250 ਰੁਪਇਆ ਫੀਸ ਹੁੰਦੀ ਆ ਕਿਵੇਂ ਦਾ ਲੱਗਿਆ ਫਿਰ ਕਸੌਲੀ ਆ ਕੇ ਚਲੋ ਦੇਖ ਲਿਆ ਪਹਾੜ ਸਕੂਲ ਦੇਖ ਲਿਆ ਉਹਦਾ ਚਲੋ ਫਿਰ ਵਾਪਸ ਹੁਣ ਬਰਫ ਪੈਂਦੀ ਆ ਤਾਂ ਹੀ ਹੱਥ ਠਾਰੇ ਫੌਜਾਂ ਫਿਰ ਵਾਪਸ ਤੁਰ ਪਈਆਂ ਨੇ ਮੇਰੇ ਹਿਸਾਬ ਨਾਲ ਬਲਾਕ ਬੰਨਣ ਤੋਂ ਪਹਿਲੇ ਫੌਜਾਂ ਠੰਡੀਆਂ ਹੀ ਹੋ ਗਈਆਂ ਹੁਣ ਠੰਡੀਆਂ ਹੀ ਹੋ ਗਏ ਪੈਗੀਆਂ ਸਾਰੀਆਂ ਫੌਜਾਂ ਹੁਣ ਲੜਾਈ ਮੈਂ ਤਾਂ ਤੁਹਾਨੂੰ ਸੋਚਿਆ ਸੀਗਾ ਅੱਜ ਯੂਟਿਊਬ ਫੈਮਿਲੀ ਨੂੰ ਦਿਖਾਉਂਗਾ ਕਸੌਲੀ ਵਿੱਚ ਹੀ ਰਹਿ ਰੂਗੇ ਉਹਦੇ ਲਿਖਿਆ ਲਿਖਿਆ ਹੀ ਵਿਖਾ ਦੇ ਕੱਲਾ ਲਿਖਿਆ ਹੀ ਦਿਖਾਤਾ ਤੁਹਾਨੂੰ ਹਿਮਾਚਲ 'ਚ ਐਂਟਰੀ ਕਰਾ ਕੇ ਫਿਰ ਵਾਪਸ ਚੰਡੀਗੜ੍ਹ ਲੈ ਚੱਲੇ ਹਾਂ ਚੰਡੀਗੜ੍ਹ ਹੀ ਦਿਖਾ ਦਿੰਦੇ ਤੁਸੀਂ ਚੰਡੀਗੜ੍ਹ ਹੀ ਦੇਖੋ ਕਸੌਲੀ ਦਿਖਾਵਾਂਗੇ ਕਸੌਲੀ ਨਹੀਂ ਤੁਹਾਨੂੰ ਹੁਣ ਸਿੱਧਾ ਕਸੌਲ ਮਨਾਲੀ ਦਿਖਾਵਾਂਗੇ ਜਿੱਦਾਂ ਦਿਖਾਇਆ ਨਹੀਂ ਤਾਂ ਫਿਰ ਅੱਜ ਕਲੱਬ ਵਿਖਾ ਦਿੰਦੇ ਹਾਂ ਇੱਥੇ ਬਹਿਣ ਲੱਗੇ ਸੀਗੇ ਇੱਥੋਂ ਵੀ ਕੈਂਸਲ ਹੋ ਗਏ ਇੱਥੇ ਵੀ ਫੁੱਲ ਆ ਕੰਮ ਹੁਣ ਫਿਰ ਹੋਰ ਪਾਸੇ ਚੱਲਦੇ ਹਾਂ ਅੱਗੇ ਅਗਲੀ ਡੈਸਟੀਨੇਸ਼ਨ ਫਿਰ ਦਿਖਾ ਦਾਂਗੇ ਤੁਹਾਨੂੰ ਹੋਰ ਕੁਛ ਨਹੀਂ ਤੁਸੀਂ ਮੇਰੇ ਨਵੇਂ ਬੂਟ ਲਪੇਟ ਤੇ ਜਾਣਾ ਸੀਗਾ ਐਵੇਂ ਵਾਪਸ ਉੱਤੋਂ ਜਾ ਕੇ ਆਏ ਹਾਂ ਮੈਂ ਥੋੜ੍ਹਾ ਡਿਪਰੈਸ ਲੱਗਾ ਮੈਂ ਥੋੜ੍ਹਾ ਘੁੰਮ ਕਰਦੀ ਘੁੰਮ ਫਿਰ ਕੇ ਖੋਤੀ ਬੋਰਡ ਥੱਲੇ ਇਸ ਤੋਂ ਬਾਅਦ ਚੰਡੀਗੜ੍ਹ ਘੁੰਮ ਫਿਰ ਕੇ ਸਾਰੇ ਪਾਸੇ ਬਈ ਆਹ ਜਗ੍ਹਾ ਜੀ ਪਸੰਦ ਆਈ ਆ ਬੈਠਣ ਨੂੰ ਵਿਊ ਆ ਸੋਹਣਾ ਹੁਣ ਇੱਥੇ ਬਹਿ ਕੇ ਕੁਛ ਖਾਣੇ ਪੀਣੇ ਆ ਤੇ ਅੱਜ ਤਾਂ ਕਹਿੰਦੇ ਚੰਦਰਮਾ ਵੀ ਬਹੁਤ ਸੋਹਣਾ ਨਿਕਲਿਆ ਚਾਨਣੀ ਰਾਤ ਆ ਅੱਜ ਤਾਂ ਲਾਈਟਾਂ ਇੰਨੀ ਕੀ ਪਹਾੜਾਂ ਦੀਆਂ ਦੇਖਦੀਆਂ ਪਈਆਂ ਨੇ ਦਿਖਾਉਣੀਆਂ ਯਾਦੀਆਂ ਸੀਗੀਆਂ ਇੰਨੀਆਂ ਕੀ ਦੇਖਦੀਆਂ ਰਹਿ ਗਈਆਂ ਇੰਨੀਆਂ ਕੀ ਦੇਖ ਕੇ ਖੁਸ਼ ਹੋ ਜਾਓ ਵਲੌਗ ਮੇਰੇ ਯੂਟਿਊਬ ਚੈਨਲ ਵਾਲਿਓ ਮੈਂ ਕਸੌਲੀ ਆ ਕਸੌਲੀ ਘੁੰਮ ਆਇਆ ਸਹੇਲੀਆਂ ਨੇ ਮਾਰ ਲੈ ਭਰਾਵਾ ਕੰਪਨੀ ਵਾਲੇ ਆ ਚੱਲ ਜਾ ਚੱਲ ਜਾ ਆ ਲਓ ਜੀ ਮੁੰਡੇ ਘੁੰਮ ਫਿਰ ਕੇ ਕਸੌਲੀ
ਤੇ ਕਹਿੰਦੇ ਇੱਥੇ ਆ ਕੇ ਵਾਪਸ ਖੜ ਗਿਆ ਹੁਣ ਗੱਡੀ ਲੈ ਕੇ ਜਾਓ ਤੁਰਕਾ ਆਟੋ ਜਾਵਾਂਗੇ।